ਚੰਗਾ ਫਿਰ ਮੈਂ ਖਾ ਲਾ ਰੋਟੀ ਉੱਥੇ ਬਹਿ ਕੇ ਕਰ ਤੂੰ ਉੱਥੇ ਚੌਂਤਰੇ ਚ ਜਾ ਕੇ ਖਾ ਲਾ ਆਹੋ ਮੈਂ ਵੀ ਨਹੀਂ ਸੋਚਦੀ ਤੁਹਾਡੇ ਸਾਹਮਣੇ ਮੈਨੂੰ ਸ਼ਰਮ ਜੀ ਆਉਂਦੀ ਹੁਣ ਮੈਂ ਆਪਣੀ ਮਨ ਮਰਜ਼ੀ ਨਾਲ ਖਾਣੀ ਆ 6-7 ਰੋਟੀਆਂ ਹੈ ਨਾ ਫਿਰ ਤੁਹਾਡੇ ਸਾਹਮਣੇ ਇੰਨੀਆਂ ਖਾਣੀ ਹੋਰ ਤੁਸੀਂ ਫਿਰ ਮੈਂ ਗੱਲ ਸੁਣ ਉਹ ਬਣਾ ਲਿਆ ਫਿਰ ਮੈਂ ਆਲੂ ਮਿੱਠੀ ਲੱਸੀ ਬਣਾ ਕੇ ਲਿਆ ਤਾਂ ਫਿਰ ਮੈਂ ਭਾਈ ਨੂੰ ਮੈਂ ਆਪੇ ਬਣਾ ਲੈਂਦੀ ਹਾਂ ਭਾਬੀ ਬਣਾ ਦੇ ਮੈਨੂੰ ਪਤਾ ਉਹਨੇ ਕੀ ਖਾਣਾ ਠੀਕ ਚੱਲ ਫਿਰ ਮੈਂ ਆਪਣਾ ਕੰਮ ਕਰ ਲਿਆ ਕਰ ਲਾ ਆਹੋ ਨਾਲੇ ਮੇਰੀ ਗੱਲ ਸੁਣਨੀ ਉਹਨਾਂ ਨੂੰ ਤੂੰ ਵੀ ਇਹਦੇ ਬਾਲਾ ਸਰਾਣੇ ਜੇ ਨਾ ਬੈਠਾ ਆਹੋ ਗੁੱਤਨੀ ਪਟਾ ਲੇਂਗੇ ਚੰਗਾ ਆਹੋ ਚੰਗਾ ਚੰਗਾ ਮੈਂ ਜਾਣੀ ਆ ਕੀ ਆ ਇਹ ਇੱਥੇ ਮੈਨੂੰ ਬੇਇੱਜ਼ਤੀ ਕਰਾਉਣ ਲਈ ਲੱਗਦਾ ਤੈਂ ਓਹੋ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਮੇਰੀ ਭਾਬੀ ਦਾ ਨਾ ਥੋੜਾ ਸੁਭਾਈ ਮਜ਼ਾਕੀ ਆ ਫਿਰ ਕੀ ਹੋ ਗਿਆ ਮੈਂ ਮਜ਼ਾਕ ਕਰਦੀ ਆ ਤਾਂ ਰੋਟੀ ਫੜਾਉਣ ਦੀ ਤੁਹਾਨੂੰ ਅਕਲ ਨਹੀਂ ਹੈਗੀ ਕੋਈ ਪਲੇਟ ਚ ਲਿਆ ਉਹ ਟੱਕਣ ਕੀ ਆ ਉਹ ਟੱਕਣਾ ਚ ਰੋਟੀ ਖਾਵਾਂਗੇ ਸੀ ਰਿਆ ਕੇ ਓਹੋ ਚੱਲ ਕੋਈ ਗੱਲ ਨਹੀਂ ਫਿਰ ਉਹਨੇ ਗੁੱਸਾ ਕਰੀ ਜਾਂਦਾ ਕੋਈ ਨੇ ਵੀਰੇ ਹੁਣੀ ਹੈ ਨਹੀਂ ਸੀ ਘਰੇ ਤਾਂ ਐਂ ਹੋ ਗਿਆ ਤੈਨੂੰ ਪਤਾ ਨਹੀਂ ਮੇਰਾ ਲੇਬਲ ਕੀ ਆ ਮੈਨੂੰ ਪਤਾ ਪਰ ਇਹੋ ਜਿਹੀਆਂ ਦੋ ਦੋ ਸਾਡੇ ਘਰੇ ਕੰਮ ਕਰਦੀਆਂ ਨੇ ਫਿਰ ਦੇਖੀ ਤੁਸੀਂ ਮੇਰੀ ਭਾਬੀ ਨੂੰ ਐਂ ਥੋੜ੍ਹੀ ਬੋਲੋਗੇ ਹੁਣ ਗੱਲਾਂ ਤਾਂ ਤੂੰ ਐਂ ਕਰਦੀ ਆ ਐਡੀ ਹਵਾ ਕਰਦੀ ਆ ਕਿ ਅਸੀਂ ਐਂ ਆ ਅਸੀਂ ਕੀ ਆ ਤੁਸੀਂ ਅਸੀਂ ਨਾ ਸਭ ਕੁਝ ਆ ਕੋਈ ਗੱਲ ਆ ਜਾਣਗੇ ਮੇਰੇ ਵੀਰੇ ਹੁਣੀ ਉਦੋਂ ਦੇਖਿਓ ਫਿਰ ਦੇਖ ਲਾਂਗੇ ਤੇਰੇ ਵੀਰੇ ਜਿਹੇ ਹੀ ਤੇਰੀ ਭਾਬੀ ਦੇਖ ਲਿਓ ਉਹ ਤੇਰੇ ਵੀਰੇ ਹੋਣਗੇ ਦੇਖੀ ਹੁਣ ਮੈਂ ਇਹਨੂੰ ਕੀ ਖਵਾਵਾਂ ਘਰੇ ਕੁਛ ਹੈ ਵੀ ਨਹੀਂ ਫਾਸਟ ਫੂਡ ਅਤੇ ਵੀਰਾ ਵੀ ਹੈ ਨਹੀਂ ਘਰੇ ਇੱਕ ਭਾਬੀ ਨੇ ਦਿਮਾਗ ਖਾ ਲਿਆ ਦੁਕਾਨ ਵੀ ਹੈ ਨਹੀਂ ਨੇੜੇ ਤੇੜੇ ਲੈ ਯਾਰ ਮੈਂ ਸ਼ੋਪ 'ਤੇ ਜਾ ਮੈਂ ਕੁਛ ਖਾਣ ਨੂੰ ਲਿਆਵਾਂ ਕਿੱਥੇ ਜਾਓਗੇ ਤੁਹਾਡੇ ਪਿੰਡ ਗੇੜਾ ਦੇ ਆਉਣਾ ਨਾਲੇ ਦੇਖ ਲੈਣਾ ਸ਼ੋਪ ਇੱਥੇ ਲਵੇ ਲਾਉਣੀ ਹੋਊ ਕੋਈ ਕੋਲਡ ਡਰਿੰਕ ਜਾਂ ਕੋਈ ਲੇਸ ਲੇਸ ਲਿਆਉਣਾ ਖਾਣ ਨੂੰ ਭੁੱਖ ਲੱਗੀ ਪਈ ਆ ਚਲੋ ਠੀਕ ਆ ਮੇਰੇ ਲਈ ਵੀ ਲਿਆਇਓ ਚੰਗਾ ਕਹਿ ਤਾਂ ਦਿੱਤਾ ਮੈਂ ਇਹਨੂੰ ਦੁਕਾਨ ਤਾਂ ਨੇੜੇ ਤੇੜੇ ਹੈ ਨਹੀਂ ਹੁਣ ਕੀ ਕਰਾਂ ਫਿਰ ਬੋਲੂਗਾ ਚੱਲ ਗੇੜਾ ਕੱਢ ਕੇ ਮੁੜ ਆਊ ਬੁੜਾ ਹੀ ਨਹੀਂ ਹੈਗਾ ਵੀ ਇੱਕ ਨੌਕਰ ਰੱਖਦਾ ਕੁੜੀ ਦੀਆਂ ਫੀਸਾਂ ਭਰੀ ਜਾਂਦਾ 5-5 ਹਜ਼ਾਰ ਮੈਂ ਨਾ ਫਰੈਂਡ ਕੇ ਕਰ ਗਿਆ ਸੀ 10 ਕੀ ਕਹ ਜੂਗਾ ਉਹ ਸ਼ੈਟੋ ਤੈਨੂੰ ਦੇਖਦਾ ਨਹੀਂ ਉੱਤੇ ਪਈ ਜਾਂਦਾ ਤੈਨੂੰ ਨਹੀਂ ਦੇਖਦਾ ਤੁਰਿਆ ਜਾਂਦਾ ਮੂੰਹ ਚੱਕ ਕੇ ਤੂੰ ਤਾਂ ਮੂੰਹ ਚੱਕ ਰੱਖਿਆ ਹੋਇਆ ਸਿੱਟੀ ਜਾਂਦਾ ਕਹੀ ਦੇਖਦਾ ਲੈ ਕੋਈ ਬੰਦਾ ਵੀ ਨਗਦਾ ਹੋਊ ਤੇਰੀ ਮੁੱਲ ਤਾਂ ਨਹੀਂ ਲੈਤੀ ਇਹ ਅਨਪੜ੍ਹ ਆ ਅਨਪੜ੍ਹ ਕਿਹਨੂੰ ਕਹਿਣਾ ਓਏ ਤੈਨੂੰ ਕਹਿਣਾ ਪੰਜਵੀਂ ਕੀਤੀ ਆ 5 ਵਾਰੀ ਉਹ ਤਾਂ ਤੇਰੀ ਸ਼ਕਲ ਦੇਖੀ ਜਾਂਦੀ ਆ 6ਵੀਂ 'ਚ ਲੱਗਣਾ ਸੀ ਮੈਂ ਉਹ ਤਾਂ ਬੁੜੇ ਨੇ ਹਟਾ ਲਿਆ 6 ਤਰੀਕ ਨੂੰ 6:06 ਦੇ ਸ਼ਕਲ ਦੇਖੀ ਜਾਂਦੀ ਆ ਤੇਰੀ ਕਿੱਡਾ ਕੁ ਪੜ੍ਹਿਆ ਲਿਖਿਆ ਤੂੰ ਬਾਲਾ ਪੜਿਆ ਲਿਖਿਆ ਕਿਹਦੀ ਗਿਆ ਫਿਰ ਉਰੋਂ ਦਾ ਤਾਂ ਲੱਗਦਾ ਨਹੀਂ ਮੈਂ ਉਰੋਂ ਦਾ ਹੈ ਨਹੀਂ ਮੈਂ ਤਾਂ ਆਪ ਫਰੈਂਡ ਨਾਲ ਆਇਆ ਇੱਥੇ ਉਹਨਾਂ ਦੇ ਘਰੇ ਆਇਆ ਫਰੈਂਡ ਨਾਲ ਤਕਲੀਫ ਕੀ ਆ ਉਹੀ ਉੱਤੇ ਚੜੀ ਜਾਂਦਾ ਤੂੰ ਤੈਨੂੰ ਕੀ ਤਕਲੀਫ ਆ ਮਾਰੀ ਕਹੀ ਨਾ ਮਰ ਮਰੜ ਕਰ ਦੂੰ ਹਾਥੀ ਲਾ ਕੇ ਦਿਖਾ ਤੂੰ ਮਰਡਰ ਦਾ ਬਾਲੀ ਦੂਰ ਦੀ ਗੱਲ ਆ ਤੇਰੇ ਵਰਗੇ 20 ਚੰਗਾ ਤੁਰ ਜਾ ਨਾਲੇ ਹੋਰ ਆ ਗਿਆ ਪੰਗੇ ਪੜੇ ਲੋਕਾਂ ਨਾਲ ਵਾਹ ਪੈ ਗਿਆ ਐਂ ਜੀ ਸਾਰਾ ਮੂਡ ਖਰਾਬ ਕਰਤਾ ਪਾਣੀ ਪੂਣੀ ਵੀ ਲਿਆ ਪੀਣ ਨੂੰ ਘਰੀ ਚੱਲਣ ਦੇ ਪਾਣੀ ਪੀ ਕੇ ਆਉਂਦੇ ਨਾਲੇ ਬੁੜੇ ਨਾ ਕਰਦਾ ਹਿਸਾਬ ਵੀ ਰੱਖ ਲਾ ਨੁੱਕਰ ਓਹੋ ਕਹਿੰਦਾ ਮੁਸਕ ਮਾਰੀ ਹੁੰਦੀ ਆ ਡੱਗੀ ਵੀ ਨਹੀਂ ਧੋ ਸਕਦੇ ਨਾਲੇ ਕਹਿ ਕੇ ਜਾਂਦਾ 20 ਵਾਰੀ ਵੀ ਜਦੋਂ ਲਾਈਟ ਆਉਂਦੀ ਆ ਇਹਨੂੰ ਭਰ ਦਿਆ ਕਰ ਦੇਖੀ ਆ ਗਿਆ ਤੂੰ ਹਾਏ ਹਾਏ ਆ ਡੱਗੀ ਦਾ ਭਰ ਦਿਆ ਕਰ ਲੈ ਇੰਨੇ ਖੋਲੇ ਸਾਹਮਣੇ ਉਹ ਘੱਟ ਗਈ ਹੁਣ ਡੱਗੀ ਵੀ ਮੈਂ ਭਰਿਆ ਕਰਾਂ ਹਾਂ ਬੰਦੇ ਦੇ ਕੰਮ ਤੋਂ ਤਾਜ਼ਾ ਪਾਣੀ ਪੈਦਾ ਕਰ ਪਸ਼ੂਆਂ ਨੂੰ ਆਪ ਤਾਂ ਕਿਵੇਂ ਸਕੰਜਵੀਆਂ ਕਰਕੇ ਪੀਨੀ ਆ ਓਹੋ ਮੈਂ ਵੀ ਤੈਨੂੰ ਐਂ ਕਹਿੰਦੀ ਦੇਖੀ ਲਾਈਟ ਤਾਂ ਹੀ ਨਹੀਂ ਹੈਗੀ ਇਹਨੂੰ ਧੋਸ ਮਾਰ ਕੇ ਨਾ ਵਧੀਆ ਭਰ ਦੇ ਆਹੋ ਇਹਨੂੰ ਧੋ ਲੈ ਮਾੜਾ ਮੋਟਾ ਜਵਾਖ ਨਹਾ ਲਿਆ ਕਰਨਗੇ ਮੈਂ ਨਹਾਉਣ ਦੀ ਗੱਲ ਨਹੀਂ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਨਾ ਕੱਲ ਫੋਨ 'ਚ ਦੇਖਿਆ ਸੀ ਬੁੜੀਆਂ ਦੇਖਿਆ ਸੀ ਪਾਣੀ 'ਚ ਨਹਾਉਂਦੇ ਸੀ ਮੈਂ ਸੋਚਿਆ ਜਿਹਨੂੰ ਭਰ ਲਿਆ ਇਹਦੇ 'ਚ ਬਹਿ ਕੇ ਮੈਂ ਹੁਣ ਇਹ 'ਚ ਨਹਾਏਗੀ ਹੈ ਤੇ ਹੋਰ ਫਿਰ ਕੀ ਹੁੰਦਾ ਇੱਥੋਂ ਦੀ 100 ਲੰਘਦਾ ਪਿੰਡ ਦਾ 100 ਤਾਂ ਮੈਨੂੰ ਇਹਦੇ ਅੱਖੂਗਾ ਐਂ ਮਰ ਜਾਣਾ ਉਹੀ ਗੱਲਾਂ ਤੇਰੀਆਂ ਨਾਲੇ ਮੇਰੀ ਗੱਲ ਸੁਣ ਕੁੜੀ ਜੀ ਆਈ ਆ ਉਹ ਅੰਦਰ ਆਈ ਬੈਠੀ ਹੈਗੀ ਉਹ ਕਿਵੇਂ ਆ ਗਈ ਪਤਾ ਨਹੀਂ ਕਹਿੰਦੀ ਮੈਂ ਕਹਿੰਦੀ ਇੱਕ ਪਿੰਡ ਜਾ ਕੇ ਆਉਣਾ ਆ ਨਾਲ ਇੱਕ ਭਾਈ ਜਾਨ ਨੂੰ ਲਈ ਫਿਰਦੀ ਹੈਗੀ ਕਹਿੰਦੀ ਮੇਰਾ ਪਤਾ ਨਹੀਂ ਕੀ ਆਗਾ ਤੇ ਆਈ ਫੀਸ ਦੀ ਭਾਰੀ ਪਾਉਣ ਆਈ ਹੋਊਗੀ ਬੁੜੇ ਦੇ ਉਹੀ ਤਾਂ ਹੈਗਾ ਹੋਰ ਤਾਂ ਨਹੀਂ ਕਰਨਾ ਵੀ ਕੀ ਆ ਚੱਲ ਜਾ ਭੱਜ ਜਾ ਮੇਰੇ ਤਾਂ ਦਿਮਾਗ ਖਾ ਲੈ ਬੋਲਦੀ ਬਾਲਾ ਮੁੰਡਾ ਇਹਦਾ ਪਤਾ ਨਹੀਂ ਕਿਹੜਾ ਹੈਗਾ ਪਤਾ ਨਹੀਂ ਕਿੱਥੋਂ 20 ਵਾਰੀ ਆਖਾ ਬੁੜੇ ਨੂੰ ਵੀ ਨੌਕਰ ਰੱਖ ਲੈ ਇੱਕ ਉਹਦੀ ਫੀਸ ਭਰਨ ਦੇ ਵਾਰੀ ਪੈਸੇ ਆ ਜਾਂਦੇ ਨੇ ਨੌਕਰ ਰੱਖਣ ਵਾਰੀ ਕਹਿ ਜਾਂਦਾ ਉਹ ਕਾਹਨੂੰ ਪੈਸੇ ਦੇਣੇ ਆ ਆਪ ਕੰਮ ਕਰ ਲਿਆ ਕਰੋ ਕਰਦਾ ਵੀ ਨਹੀਂ ਕੋਈ ਰੱਖਦਾ ਨਾ ਕੋਈ ਬਾਹਰ ਘਰੇ ਗੋਹੇ ਕੂੜੇ ਵਾਲੀ ਰੱਖ ਲੈ ਬਾਹਰ ਨੂੰ ਨੌਕਰ ਆਪਾਂ ਆਰਾਮ ਨਾਲ ਵਿਹਲੇ ਹੋ ਜਾਈਏ ਹਨਾ ਹੋਰ ਮੇਰਾ ਤਾਂ ਬਾਲਾ ਜੀ ਕਰਦਾ ਵੀ ਏਸੀ ਥੱਲੇ ਬੈਠਿਆ ਕਰਾਂ ਹੈ ਹੋਰ ਦੇਖੀ ਮੇਰਾ ਤਾਂ ਆਪ ਜੀ ਕਰਦਾ ਹੁੰਦਾ ਵੀ ਏਸੀ ਲੱਗਿਆ ਹੋਵੇ ਆਪਣੇ ਘਰੇ ਹਨਾ ਮੇਰੇ ਕੋਲ ਸੋਹਣੇ ਸੋਹਣੇ ਕੱਪੜੇ ਹੋਣ ਸਾਰਾ ਦਿਨ ਸਿਆਪਾ ਹੀ ਨਹੀਂ ਮੁੱਕਦਾ ਪਹਿਲਾਂ ਖੋਲੇ ਖਾਣੇ ਵੇਚ ਆਹੋ ਕਿੱਥੋਂ ਵੇਚਦੀ ਏ ਉਹ ਉੱਤੇ ਬੈਠਾ ਰਹਿੰਦਾ ਡਾਂਗ ਲੈ ਕੇ ਸਾਰਾ ਦਿਨ ਉਹਦੀ ਮਾਰੂ ਮੋਰਾਂ 'ਚ ਲਾਈਟ ਵੀ ਨਹੀਂ ਆਈ 2 ਦਿਨ ਹੋ ਗਏ ਚੱਲ ਚਾਹ ਪਾਣੀ ਪਿਆ ਮੈਂ ਤਪਿਆ ਪਿਆਂਗਾ ਮੂਡ ਖਰਾਬ ਕਰਤਾ ਮੁੰਡੇ ਜੇ ਨੇ ਕਿਹੜੇ ਮੁੰਡੇ ਨੇ ਅਰ ਮਿਲਿਆ ਸੀ ਟੱਕਰੇ ਸੀ ਰਾਹ 'ਚ ਬਾਲੀ ਅੰਗਰੇਜ਼ੀ ਜੀ ਮਾਰਦਾ ਸੀ ਅੰਗਰੇਜ਼ੀ ਬੋਲਦਾ ਸੀ ਮਹਾਂ ਮਾਰ ਕੇ ਕਹੀ ਮਰਡ ਕਰ ਦੂੰ ਮਹਾਂ
हुण लाइट भी आ गई, वो भी बाहर चला गया। भी तू बेइज्जती उहदी करवाउणी सी मेरी बैठे ते सरी पे रेड वाला आ गई लाइट आ गई भाभी फीस भी बारी भरती तू पढ़ लै मार के चार जमात पढ़ लै एक दिन बैग चक घरे आ जाती दस सोरे की करना तेन किन्ने बारी कहा ना पै कर पिंड वीरे फैसला दोस्त मेरे नाल पढ़ता मैनू कहिंदा मैं पिंड देख के आना मैं चल वड़ा देखण नूं भी फुल लगे पिंड दे पिंडा वर्गा पिंडा ओहो ओ शहर पढ़दा फिर की हो गया नाले 20 बारी कहा बाणिया दा मुंडा होणा ता करके नहीं पता कुछ हैना आई होऊगा लो चल तू क्यों मेरी गल सुन तू जाके पाच रोटियां पकाईयां पईयां नाले चटनी कुट्टी पई है इन्हां ने ता खादी नहीं तू खा ले दो बर्कियां कोई ना देखी इन्हें मेरी चंगी तरह भाभी ने बेइज्जती कराती तो मैं क्या प्लेट च धर के लिया रोटी रोटी हाथां ते रोटी चक्की फिर ओहदे मूहरे के खा ला फिर हाथां च ही खांदे अंदर रोटी मैनू ता ए नहीं समझ आउंदी इत्थे गोहा सिड़दी सिड़दी इहनू भी उठ जाके खंभ जे लग गए हवा लग गई इत्थे चंडीगढ़ सूट मिलदे ने क्या सूट नहीं मिलदे मिलदे आ पर असीं लैंदे नहीं हैगे क्यों असि तो जीन टॉप ही लेने हुने ओ लेना तो दस लिया दंदी मेनू भाभी हुने तो तू कही आंदी सी पाटे कपड़े पाया फिर तू किवें पा लेंगी ओ तो तेरे वीरे सामने नंबर बनाई जी तो मेरा भी करदा देखी जीन टॉप पाउन सोहनी लगदी हुंदी है कदे कदे तां जी जा करदा हुंदा जिद्दे किते घरे ना होया मोड़ दे पा लेंदी आपी पा लेंदी तू तां ओ गल करती भाभी आखे जीन पाउन नूं चित करदा आहो ले होर मैं तां कि नहीं मैं तां ब्लाइंड चित करदा हुंदा तेरे वाले मेरे आउंदी नहीं मोटियां ना मैं तां करके मोटी तां मैं होणा नहीं मैं रोटियां वालियां खाण लग गई हुण खोह वाली पैंदी है मेरी मन पक्का तां अन्न खा जानी आ उत्ते चटनी रख के ओही तां कम वाला करदी भाभी तू डाइट करया कर की करया कर डाइट ओ की हुंदी है नहीं हुण ओ भी नहीं पता तैनूं ना रोटी रुटी घट खाया कर कुछ होर चीजा खा लिया कर होर की खा गया फल फलूट तेरा भाई नहीं लिया के दिंदा देख हना दुध वा जड़ा हुंदा दोजी दे पा दिन्ने होर की खाइए फिर खान नु है ही नहीं कुछ आही दो चीजा ने आ तेरा वीरा रोटी खांदा हो मैं देखया मैं चंगा बेचारा कितने मत्था मारे हाथ मचा लूगा एक दिन गैस नु अक लाती सी उन्हें तो होर पोर अकल नहीं उन्होंने तेरे अर्गी है ना तेरा भरा ये तो मैं पता नहीं सियानी किवें फस गई सोटे च आहो भाभी तेरे वर्गी सियानी तो किसी तो जमनी हो नहीं कि मैं लहू पीता ने देख कद कुछ बोलती है कद कुछ नक् च दम करता मेरे तेने एक दिन ची वह बेचारा भी पछता हो गया की आ गया मैंने घर डेयरी च आ गोहा रह पले ए होगी सा बल्ले बल्ले किधरों बुला लिया तेरा पाई है चुप कर जो
बेस्ट थोड़ी करनी है ले जा अंदर चल चंगा चल आज भाई देख हसमा दी मेनू अंग्रेजी आती नी मेनू लगता मास्टर जा मेरा फुद्दू बनाई जाता मेनु लगता ओदे ना मर्डर करना पै जे मेनू अज अकली नहीं हैगी यार चल कोई नहीं आए ना कहो फिर भी मेरे ना बेबे बापू जाने तो बाद इन्होंने मैनू कदे कमी महसूस नहीं होने दिती चल चाहे ये घट पढ़े ने पर मेरा करदे बहुत ने ओह जी तेरी भाभी होगी किन्नी पढ़ी है तेरी भाभी भाभी सारा कुछ देखना पैंदा इन्हां नूं माड़ा मोटा सोचण भी ना कि बंदा आया गया किवें गल करनी है कोई ढंग तां हुंदा पर थोड़ी नहीं काली सी भी मैं मिल जाना फिर हूँ मैं करा हूँ जह जहाँ साढ़े घर का माहौल आने तो वही रहना कोई बाहरों अंदर बंदा आंदा हुंदा सारा कुछ देखना तो पैंदा ही है पानी लिया दो पानी 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 ना हूँ ही ला के आई फ्रिज चो लिया के दिनी हाँ की हो गया तुम इतने बैठे कदों ओहो कुछ नहीं ऊ ही बैठे से गल्ला करते सी तेरा बीरा नु की कही जांदा सी बीरा भी गल पै गया बेचारे दे क्यों लाख तू किधर मुंह चक्या कहंदा इनू कहंदा सच्ची इन्नी बेइज्जती करती चल कोई ना महो ना करी चंगा दिल ते ना लाई साडे तां टब्बर दा सवाई है हसन खेडन नाल तैनू समझा दंदी ना दस्या ऐ तां मैं वे मजाकिया सुभा साडे टब्बर दा चल कोई ना भाई ऐ कर लाइट आ गई पखे थल्ले पै जा जाके हैं भाभी इन्नी बेइज्जती भी नहीं सोहनी लगदी बंदे दी बेइज्जती तो तेरी करी नहीं वैसे मेरे रास्ते च भी करके हटया बेइज्जती दी गल बेइज्जती तेरी कादी हजे होई है बेइज्जती ते ना परसों करदियालो दी करी पणे बाड़े च आ गई दो तीन पाथियां ले गई मेरीयां चक के मैं ना कुदरती देख ली उत्थे मैं ता फिर बस गुतनी तो फड़ ली दे तेरे दी लै तेरे दी जिन्ना गोहा पे आती सारा मुंह ते मलता बेइज्जती ता ओ बेइज्जती हुंदी ए बेइज्जती नूं कोई बेइज्जती नहीं मनदा अजकल नाले दूजी गल इत्थे केड़ा कोई देखदा मेरी बेइज्जती हुंदी है आपां कर कर दे जीआ तेरे सामने बेइज्जती कर ਕਿੱਡੀ ਗੱਲ ਹੈ ਨਾਲੇ ਮੇਰੀ ਗੱਲ ਸੁਣ ਪੱਖਾ ਚੱਲੀ ਜਾਂਦਾ ਅੰਦਰ ਠੀਕ ਹੈ ਐਵੇਂ ਸਾਨੂੰ ਬਿਲਾਉ ਨਹੀਂ ਫਾਲਤੂ ਦਾ ਜੇ ਪੈਣਾ 10 ਮਿੰਟ ਆਰਾਮ ਕਰ ਲੈਣ ਕਹਦੇ ਹੁਣ ਲਾਟ ਤਾਂ ਹੁਣ ਆਈ ਹੈ ਭਾਬੀ ਕਾਹਦੇ ਨਾਲ ਬਿਲ ਆ ਜਾਊਗਾ ਤੂੰ ਐ ਕਰ ਜਾ ਇਹਨੂੰ ਪਾਣੀ ਦੀ ਘੁੱਟ ਲਿਆ ਦੇ ਗੱਲਾਂ ਸੁਣਾਤੀਆਂ ਸਾਰੇ ਪਿੰਡ ਦੀਆਂ ਪਾਣੀ ਮੈਂ ਲਿਆ ਕੇ ਦਿੰਨੀ ਆ ਚੰਗਾ ਇੱਥੇ ਬੈਠੀ ਰਹੀਂ ਤੂੰ ਲੜਾਕੀ ਵਾਲੀ ਹੈ ਓਹੋ ਤੇਰੇ ਵੀਰੇ ਨੇ ਨਾ ਮੈਂ ਕਿੰਨੀ ਵਾਰ ਕਹਿਤਾ ਵਿੱਚ ਟੋਏ ਟੋਬੇ ਕਰਾਏ ਪਏ ਨੇ ਵੀ ਮਾੜਾ ਮੋਟਾ ਠੀਕ ਕਰਾ ਲੈ ਬੰਦੇ ਦਾ ਪੈਰ ਉੜ ਕੇ ਨਾ 100 ਵਾਰ ਉੜ ਓ ਸ਼ਿਟ ਯਾਰ ਦੇਖੀ ਮੈਂ ਫੜਾਈ ਤਾਂ ਜਾਂਦੀ ਓਹੋ ਭਾਬੀ ਦੇਖ ਕੇ ਤੁਲਣਾ ਨਾ ਤੂੰ ਅਕਲ ਹੈਗੀ ਹੈ ਕਿ ਨਾ ਕਰਕੇ ਫੜਾਈ ਤਾਂ ਪੜੀ ਜਾਂਦੀ ਸੀ ਹੁਣ ਫਿਰ ਇਹਨੇ ਫੜਈ ਆ ਸਾਫ ਕਰ ਲੋ ਜਾਓ ਤੁਸੀਂ ਆਪੇ ਹੋਤੀ ਸਾਰੀ ਪੈਂਟ ਪਾਣੀ ਤੇ ਪੀ ਲੈ ਫਿਰ ਓ ਬਸ ਯਾਰ ਨੀ ਤਾਂ ਅਕੜੀ ਵਾਲੀ ਆ ਤੇਰਾ ਵੀਰਾ ਤਾਂ ਜਦੋਂ ਕੁਝ ਕਰੂਗਾ ਕਰੂਗਾ ਪਹਿਲੀ ਗੱਲ ਥੋਮਾਟਰ ਕਰਾਊਗਾ ਓਹਾਂ ਭਾਬੀ ਤੂੰ ਲੱਗ ਜਾ ਹਣ ਵੀਰੇ ਵਾਲੀਆਂ ਗੱਲਾਂ ਤੇ ਫਿਰ ਮੱਚਾ ਦਾ ਦੇਖ ਕੇ ਮੈਂ ਫਿਰਦਾ ਐਵੇਂ ਰੋ ਮਾਰੀ ਜਾਂਦਾ ਲੈ ਸਾਡੇ ਤੇ ਮੇਰੀ ਗੱਲ ਸੁਣ ਤੂੰ ਅਗਲੇ ਦੇ ਉੱਤੇ ਪਾਣੀ ਪਾਤਾ ਤੇ ਕੱਪੜੇ ਖਰਾਬ ਲੈ ਮੈਂ ਇੱਕ ਉਹਦੇ ਪਾਇਆ ਹੁਣ ਇੱਥੇ ਇੱਟ ਦੇ ਤੇਰੇ ਸਾਹਮਣੇ ਦੇਖ ਲੈ ਤੂੰ ਬੈਠ ਕੇ ਦੇਖ ਇੱਥੇ ਬੈਠ ਕੇ ਦੇਖ ਤੂੰ ਜਿਨਾ ਨਾ ਟੋਆ ਪਿਆ ਪਿਆ ਗੱਲ ਹੁਣ ਆਈ ਤੂੰ ਸਿਮਿੰਟ ਲੈ ਗਿਆ ਤਾਂ ਕਰਕੇ ਹੁਣ ਅਗਲੇ ਦਾ ਪੈਰ ਪੂਰ ਵੱਜਦਾ 100 ਵਾਰੀ ਪੈਰ ਵੱਜਦਾਗਾ ਹੁਣ ਫਿਰ ਤੂੰ ਸਮਾਰ ਕੇ ਤੁਰਲਾ ਥੱਲੇ ਦੇਖ ਕੇ ਤੁਰਲਾ ਇੱਥੇ ਕੀ ਜੇ ਮੈਂ ਥੱਲੇ ਦੇਖ ਕੇ ਤੁਰ ਫਿਰ ਮੈਨੂੰ ਤੁਸੀਂ ਕਿਵੇਂ ਦਿਖੋਗੇ ਪਾਣੀ ਫਿਰ ਮੈਂ ਇੱਧਰ ਉੱਧਰ ਨਹੀਂ ਲੈ ਕੇ ਵਗ ਜੂ ਪਹਿਲਾਂ ਤੂੰ ਐ ਸੋਚ ਮੈਨੂੰ ਲੱਗਦਾ ਨਾ ਕੁੜੀ ਤੇਰਾ ਪੜਾਈ ਨੇ ਦਿਮਾਗ ਚੱਟਤਾ ਬਸ ਰਹਿਣ ਦੇ ਘਰੇ ਬਹਿ ਜਾ ਕੱਪੜੇ ਕੁੱਪੜੇ ਸਿੱਖ ਲੈ ਗੋਹਾ ਕੂੜਾ ਸਿੱਖ ਲੈ ਮੈਨੂੰ ਆ ਹੀ ਲੱਗਦਾ ਭਾਬੀ ਘਰੇ ਆ ਕੇ ਸ਼ਾਇਦ ਮੇਰੇ ਚ ਦਿਮਾਗ ਨਹੀਂ ਹੈਗਾ ਉਹੀ ਤਾਂ ਹੈ ਤੁਹਾਡਾ ਬਾਲਾ ਤੇਜ਼ ਦਿਮਾਗ ਹੈ ਮੈਂ ਤਾਂ ਇੰਨਾ ਤੇਜ਼ ਦਿਮਾਗ ਹੀ ਨਹੀਂ ਦੇਖਿਆ ਸੱਚੀ ਬਸ ਮੇਰੀ ਬੀਬੀ ਵੀ ਇੰਨੀ ਕਹਿੰਦੀ ਹੁੰਦੀ ਹੈ ਕਿ ਤੂੰ ਸਾਰੇ ਪੈਣ ਭਾਈਆਂ ਤੂੰ ਸਿਆਣੀ ਕੁੜੀ ਹੈਗੀ ਆਹ ਫੜਾ ਦੇ ਤੂੰ ਫੋਨ ਮੇਰਾ ਦੇਖੀ ਤੇਰਾ ਫੋਨ ਹੈ ਪਹਿਲਾਂ ਤੇਰੇ ਕੋਲ ਛੋਟਾ ਹੁੰਦਾ ਸੀਗਾ ਬਟਨ ਵਾਲਾ ਇਹ ਹੁਣ ਲੱਤਾ ਆਹੋ ਨਵਾਂ ਲੱਤਾ ਤੇ ਚਲਾ ਕੇ ਦਿਖਾਈ ਕਿਵੇਂ ਚੱਲਦਾ ਹੁੰਦਾ ਤੈਨੂੰ ਚਲਾਉਣਾ ਨਹੀਂ ਆਉਣਾ ਐਵੇਂ ਦਿਖਾ ਤਾਂ ਦੇ ਕਿਵੇਂ ਚੱਲਦਾ ਹੁੰਦਾ ਅਸਿਆਂ ਚੱਲਦਾ ਹੁੰਦਾ ਕੀ ਕੁਝ ਚੱਲਦਾ ਕੀ ਚਲਾਵੇਂਗੀ ਇਹਦੇ ਚ ਜਿਹੜੀਆਂ ਉਹ ਖਬਰਾਂ ਆਉਂਦੀਆਂ ਹੁੰਦੀਆਂ ਇੱਕ ਤਾਂ ਹਾਂ ਇੱਕ ਸੂਟ ਇੱਕ ਸੂਟਾਂ ਦੀਆਂ ਫੋਟੋਆਂ ਦਿਖਾ ਦੇ ਫਿਰ ਮੈਂ ਸੂਟ ਮੰਗਾ ਲੂੰਗੀ ਨਾ ਉਹ
ਕਹਿੰਦੇ ਤੂੰ ਫੋਨ ਤੋਂ ਸੂਟ ਵੀ ਮੰਗਾਏ ਜਾਂਦੇ ਹੁੰਦੇ ਮੰਗਾਏ ਜਾਂਦੇ ਨੇ ਆਹੋ ਆ ਸ਼ਾਪਿੰਗ ਵਾਲੇ ਚੋਂ ਕੱਢ ਲਈ ਤੂੰ ਇਹਦੇ ਚੋਂ ਕਿਵੇਂ ਕੱਢਣੇ ਆ ਆਏ ਨਹੀਂ ਨਿਕਲਦੇ ਮਤਲਬ ਕਿ ਦੇਖ ਲਈ ਇਹਦੇ ਚੋਂ ਆਏ ਕਿਹਾ ਮੈਂ ਜਿਹੜੀ ਚੀਜ਼ ਪਸੰਦ ਆਈ ਫਿਰ ਆਪਣੇ ਘਰੇ ਆ ਜੂਗੀ ਆ ਜੂਗੀ ਆਹੋ ਮੈਂ ਆਰਡਰ ਕਰ ਦੂੰਗੀ ਦੱਸਦੀ ਮੈਨੂੰ ਠੀਕ ਆ ਚੱਲ ਚੰਗਾ ਮੈਂ ਦੇਖਦੀ ਹਾਂ ਤੂੰ ਐਂ ਕਰ ਹੈ ਆਪਣੇ ਨਾ ਜੇ ਦਿਹਾੜੀ ਲੱਗੇ ਹੋਇਆ ਖੇਤ ਉਹ ਝੋਨੇ 'ਚ ਡੱਕੇ ਜੇ ਲਾਈ ਜਾਂਦੇ ਚਾਹ ਧਰ ਦੇ ਪਤੀਲੇ 'ਚ ਭਾਬੀ ਮੇਰੀ ਗੱਲ ਸੁਣ ਇਹ 'ਚ ਮੁੱਕਿਆ ਹੋਇਆ ਨੈੱਟ ਹੈ ਤੂੰ ਚਾਹ ਧਰ ਫਿਰ ਦੇਖਦੇ ਆਪਾਂ ਬਹਿ ਕੇ ਹੁਣ ਮੈਂ ਵਿਹਲੀ ਸੀ 10 ਮਿੰਟ ਤੂੰ ਚਾਹ ਧਰ ਦੇ ਨਾ ਮੈਂ ਕਿੱਧਰ ਚਾਹ ਧਰ ਚੱਲ ਮੈਂ 10 ਮਿੰਟ ਆਰਾਮ ਕਰ ਲਾਂ ਫਿਰ ਧਰ ਦੇ ਜਾ ਤੂੰ ਭੱਜ ਜਾ ਨਾਲੇ ਤੂੰ ਐਂ ਕਰ ਆ ਕੱਪੜੇ ਜੇ ਬਦਲ ਦੇ ਤੇਰੇ ਵੀਰੇ ਨੇ ਦੋ ਤਿੰਨ ਵਾਰ ਕਹਿਤਾ ਫਿਰ ਇਦੂ ਕਹੀਂ ਨਾ ਮੇਰੀ ਗੋਦਨੀ 'ਚ ਪਈਆਂ ਆਹੋ ਬਦਲ ਲੈਂਦੀ ਆ ਤੁਸੀਂ ਤਾਂ ਉਹ ਹੀ ਨਹੀਂ ਕੁਛ ਪਾਉਣ ਦਿੰਦੇ ਹੈਗੇ ਲੈ ਵੀ ਪਾਉਣ ਨੂੰ ਆਹੀ ਪਾਉਣਾ ਹੋਰ ਅੱਗ ਲੱਗ ਗਈ ਕੱਪੜਿਆਂ ਨੂੰ ਆਏ ਹਾਏ ਜਾਏ ਰੋਏ ਦਾ ਸੁੱਤੀ ਵੀ ਨਹੀਂ ਦੱਸ